ਜੈਤੋ ਦੇ ਵਿੱਚ ਘਟਨਾ ਵਾਪਰੀ ਹੈਗੀ ਹੈ ਥੋੜੀ ਤਾਂ ਜਿਹੜਾ ਹੋਇਆ ਹੈਗਾ ਇਹਦੇ ਬਾਰੇ ਤੁਹਾਡੀ ਕੀ ਵਰਸ਼ਨ ਦੇਖੋ ਮੈਂ ਹੁਣੀ ਕਮਿਸ਼ਨ ਅਟੈਂਡ ਕਰਕੇ ਆਇਆ ਆਪਣੇ ਪਟਿਆਲੇ DSP ਸਾਹਿਬ ਜੀ ਸਾਡੇ ਸਿਪਾਹੀ ਹੈਗੇ ਉਹਨਾਂ ਦਾ ਵੀ ਹੁਣ ਸੰਸਕਾਰ ਹੈਗਾ ਮੈਂ ਉੱਥੇ ਜਾ ਰਿਹਾ ਉਹ ਇੱਕ ਬੜੀ ਅਨਫੋਰਚੁਨੇਟ ਘਟਨਾ ਹੈਗੀ ਔਰ ਮੇਰੇ ਆਪਣੇ ਪੁਲਿਸ ਸਰਵਿਸ ਦੇ ਲਾਈਫ ਟਾਈਮ 'ਚ ਪਹਿਲੀ ਇਸ ਤਰੀਕੇ ਦੀ ਘਟਨਾ ਹੋਈ ਹੈ ਅਤੇ ਇਸ ਵੈਰੀ ਅਨਫੋਰਚੁਨੇਟ ਮੈਂ ਉਹ ਜਾ ਰਿਹਾ ਉਹਨਾਂ ਦੇ ਪਿੰਡ ਜਾ ਰਿਹਾ ਘਰ ਅਤੇ ਅਗੇਨ ਅਨਫੋਰਚੁਨੇਟ ਇੰਸੀਡੈਂਟ ਹੈ ਦੇਖੋ ਇਟ ਇਜ਼ ਅ ਲੋਸ ਟੂ ਅਸ ਔਰ ਇਹ ਹੁਣ ਮੈਂ ਇਨਫੈਕਟ ਸਾਡੇ ਜਿਹੜੇ ਡਾਇਰੈਕਟਰ ਟ੍ਰੇਨਿੰਗ ਹੈਗੇ ਔਰ DG ਟ੍ਰੇਨਿੰਗ ਸਾਡੇ ਹੈਗੇ ਮੈਂ ਉਹਨਾਂ ਦੇ ਨਾਲ ਵੀ ਗੱਲ ਕਰ ਰਿਹਾ ਕਿ ਵੀ ਅਸੀਂ ਟ੍ਰੇਨਿੰਗ ਦੇ ਵਿੱਚ ਕਿਸ ਤਰੀਕੇ ਦਾ ਫਰਦਰ ਇੱਕ ਜਿਹਨੂੰ ਕਹਿੰਦੇ ਹੋ ਵੀ ਸਟ੍ਰੈਸ ਪ੍ਰੋਵੋਕੇਸ਼ਨ ਐਂਗਰ ਮੈਨੇਜਮੈਂਟ ਕਰਾਊਡ ਡੀਲਿੰਗ ਅਸੀਂ ਉਹ ਸਾਰਾ ਕਿਵੇਂ ਉਹਨੂੰ ਫਰਦਰ ਲੈ ਕੇ ਆਈਏ ਤਾਂ ਕਿ ਇਸ ਤਰੀਕੇ ਦੀ ਘਟਨਾ ਦੁਬਾਰਾ ਨਾ ਬਣ ਪੂਰੇ ਮੁੰਡੇ ਪਾ ਦਿਓ ਹਾਰ ਸਾਡੀ ਵੀ ਦੇ ਗਈ ਵਿੱਚ ਹੀ ਸਾਰਿਆਂ ਜੋ ਮਹਾਰਾਜ ਨੇ ਕੀਤਾ ਸਵਰਾ ਆਜਾ
सरपंच साहब सौगात कंधे शक सौगात सलामी शक सौगात सो शक One, two, three. One, two, three. One, two, three.